आ जिंदे लगे ने। ये कोई बॉर्डर एरिया नहीं है, ये पंजाब का सब तो वध पढ़िया लिखिया जिला हुशियारपुर का। यह हाल आ हुशियारपुर का, ये इलाका छड़न नू हर कोई बेताब आ। गवाही भरते ये मकान, ये तख्त पोस्ट भी कदी इत्थे कोई बंदा रहिंदा होना, ते हुण सारा कुछ उजाड़ पिया। तो एक चोचो लंघ के असी राह देखो तुसी किन्ना रिस्की है जिथे ये बंदे बैठे ने बेचारे। हुण तो काफी उजाड़ा पै गया इत्थे, उजाड़ा ही रहना हुण भाजी, इत्थे करना कुछ नहीं, जाना रहना की नहीं है इत्थे, बच्चे नु साडे नु सहूलत नहीं, कोई साडे का सानो नहीं, कोई डॉक्टर ब्याह दे इत्थे नहीं, क्या करके इत्थे रहे। ते 2 साल साडा इत्थे बस भी नहीं आई कोरोना करके, सानो अस तां पैदल जांदे ने, पैदल जाना हुशियारपुर भी जा सकदे। ये प्रॉब्लम आ बॉर्डर एरिया चे ज्यादी आ, पर ये पंजाब दे विचकाले देख लो ये हाल होया। ये हाल है, दिक्कत पुजदा कौन है, कौन पुजदा इत्थे, जिला वोट होनी है ना उस ले आओ ना साडे कोल, नहीं तां सानो लोकी थल्लो ही मुड़ जांदे कड्डी देख के, उपर चढ़नेगा नु। ਇੱਥੇ ਫਿਰ ਤੁਹਾਡੇ ਸਕੂਲ ਕਿਹੜਾ ਵਾ ਲੱਗੇ? ਉਹੀ ਪਟਿਆਲੇ ਚ। ਉਹ 3-4 ਕਿਲੋਮੀਟਰ ਪੈਂਦਾ ਇੱਥੋਂ? ਹਾਂ। ਤੇ ਫਿਰ ਉੱਥੇ ਜਵਾਕ ਤੁਰ ਕੇ ਜਾਂਦੇ ਨੇ? ਪੂਰੀ ਕੇ ਖੱਡੋ ਆ। ਛੋਟੇ ਬੱਚੇ ਇੰਨੇ ਬੱਚੇ ਜਾਂਦੇ, ਸਾਡੇ ਇੰਨੇ ਬੱਚੇ ਸਾਡੇ ਹੱਥੀਆਂ ਜੁੱਤੀਆਂ ਫੜ ਕੇ ਜਾਂਦੇ ਬਰਸਾਤਾਂ। ਅੱਛਾ। ਉਹ ਮਰੂੜੀਆਂ ਉੱਪਰ ਪਾਣੀ ਹੋ ਗਿਆ। ਇਹ ਵੀ ਆ ਜਿੰਦੇ ਵੱਜੇ ਪਏ ਆ, ਕਦੀ ਖੋਲਿਆ ਨਹੀਂ ਲੱਗਦਾ ਇਹਨਾਂ ਨੂੰ। ਹੋਏਗਾ ਜੀ, 2 ਸਾਲ ਹੋ ਗਏ। ਕਿਸੇ ਵੇਲੇ ਇੱਥੇ ਵੀ ਆ ਫਸਲ ਹੁੰਦੀ ਹੋਏਗੀ? ਫਸਲ ਹੁੰਦੀ ਸੀ ਸਾਰੇ। ਹੁਣ ਸਾਰਾ ਬੰਜਰ ਪਿਆ ਹੈ। ਮਤਲਬ ਜਾਨਵਰ ਖਾ ਜਾਂਦੇ ਆ ਨਾ? ਜਾਨਵਰ ਸੂਰ ਹੋ ਗਏ, ਡੈਣੇ ਹੋ ਗਈਆਂ, ਸਾਂਬੜ ਹੋ ਗਏ। ਜੇ ਬੀਜਦੇ ਰਾਤੀ ਨੂੰ ਸਹੀ ਨਹੀਂ ਹੁੰਦਾ, ਕਹਿੰਦਾ ਤੇਂਦੂਏ ਮਤਲਬ ਬਹੁਤ ਹੋ ਗਏ। ਅੱਛਾ। ਜੇ ਕੋਈ ਕੁੱਤਾ ਵੀ ਬੰਦੇ ਆ, ਕੁੱਤਾ ਪਹਿਲਾਂ ਚੁੱਕਦੇ ਤੇਂਦੂਆ। ਕਿਉਂਕਿ ਇਸ ਲਤਾਡਾ ਵਾਲਾ ਜਿਹੜਾ ਇਲਾਕਾ, ਇਹਦੇ 'ਚ ਤਾਂ ਫਿਰ ਜਾਨਵਰ ਜਿਹੜੇ ਆ ਬੰਦੇ 'ਤੇ ਹਾਵੀ ਹੋ ਗਏ ਨੇ। ਹਾਂ ਹਾਂ, ਸਾਡੇ 5 ਕੁੱਤੇ ਲੈ ਗਿਆ, ਚੁੱਕ ਗਿਆ। ਕਿਹੜਾ ਜਾਨਵਰ ਚੱਕ ਕੇ ਲੈ ਗਿਆ ਤੁਹਾਡੇ 5 ਕੁੱਤੇ? ਤੇਂਦੂਆ। ਤੇਂਦੂਆ। ਹਾਂ। ਮਤਲਬ ਜਿਹੜੀ ਫਸਲ ਲਾਉਣੀ ਉਹਨੂੰ ਵੀ ਇਸ ਤਰ੍ਹਾਂ ਵਾੜ ਕਰਕੇ ਬਚਾਉਣਾ ਪੈਂਦਾ, ਪਰ ਉਹਦੇ ਵਿੱਚ ਵੀ ਗਰੰਟੀ ਨਹੀਂ ਜਾਨਵਰ ਖਾ ਹੀ ਜਾਂਦਾ। ਸਾਡਾ ਰਾਸ਼ਨ ਕਾਰਡ ਨਹੀਂ ਬਣਿਆ ਜੀ, ਦੁਨੀਆਂ ਦੇ ਬਣੇ, ਸਾਡੇ ਪਿੰਡ ਬਣੇ, ਸਾਰੇ ਦੇ ਬਣ ਗਏ, 3 ਬੰਦਿਆਂ ਦੇ ਨਹੀਂ ਬਣੇ, ਕਿਉਂ ਨਹੀਂ ਬਣਾਏ? ਤੁਹਾਡਾ ਹੱਕ ਬਣਦਾ, ਪੁੱਛੋ ਜਾ ਕੇ ਜਨਾਬ। ਸਾਨੂੰ ਨਹੀਂ ਬਣਾਉਣੇ ਨਹੀਂ, ਪੁੱਛ ਕੇ ਵੀ ਨਹੀਂ ਫਾਇਦਾ। ਤੁਸੀਂ ਪਹਿਲਾਂ ਜ਼ਿਮੀਂਦਾਰਾ ਕਰਦੇ ਸੀ, ਕਿਸਾਨੀ ਖਤਮ ਹੋ ਗਈ ਤੁਹਾਡੀ? ਖਤਮ ਹੋ ਗਈ, ਜਾਨਵਰ ਖਤਮ ਹੋ ਗਏ। ਅਸੀਂ ਪੰਜਾਬ ਦੇ ਉਸ ਜ਼ਿਲ੍ਹੇ 'ਚ ਖੜ੍ਹੇ ਹਾਂ ਜਿਹੜਾ ਸਾਖਰਤਾ ਲਈ ਪੜ੍ਹਾਈ ਲਈ ਨੰਬਰ 1 ਹੈ। ਹੁਸ਼ਿਆਰਪੁਰ 'ਚ ਹਾਂ, ਹੁਸ਼ਿਆਰਪੁਰ ਦੇ ਪਿੰਡ ਨੇ ਇਹ ਕੋਟ ਪਟਿਆਲ, ਕੋਟ ਅਤੇ ਪਟਿਆਲ 2 ਵੱਖਰੇ ਵੱਖਰੇ ਪਿੰਡ ਨੇ, ਅਤੇ ਉਹਨਾਂ ਦੀ ਆਬਾਦੀ ਆ ਜਿਹੜੇ ਘਰ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ, ਇਹਨਾਂ ਨੂੰ ਜਿੰਦੇ ਲੱਗ ਚੁੱਕੇ ਆ, ਜਿੰਦੇ ਇੱਕ ਮਜਬੂਰੀ ਕਰਕੇ ਲੱਗੇ ਆ। ਇਹ ਲੋਕ ਇੱਥੋਂ ਮੂਵ ਹੋ ਗਏ ਨੇ, ਕੁਛ ਘਰ ਬਚੇ ਨੇ ਇੱਧਰਲੇ ਪਾਸੇ ਜਿਹੜੇ ਹਾਲੇ ਵੀ ਮਤਲਬ ਜਿਨ੍ਹਾਂ ਦੇ ਵਿੱਚ ਲੋਕ ਰਹਿੰਦੇ ਆ, ਪਰ ਇਹਨਾਂ ਨੂੰ ਤਾਲੇ ਮਾਰ ਕੇ ਸਾਰੇ ਬੰਦੇ ਨਿਕਲ ਗਏ। ਕਾਰਨ ਪ੍ਰਵਾਸ ਦਾ ਇੱਕੋ ਆ ਕਿ ਇੱਥੇ ਰੁਜ਼ਗਾਰ ਦਾ ਕੋਈ ਮੌਕਾ ਨਹੀਂ। ਜ਼ਮੀਨਾਂ ਵਗਦੀਆਂ ਸੀ ਪਹਿਲਾਂ, ਪਰ ਹੁਣ ਜ਼ਮੀਨਾਂ ਵਗਣੋਂ ਹਟ ਗਈਆਂ ਕਿਉਂਕਿ ਜਾਨਵਰ ਬਹੁਤ ਜ਼ਿਆਦਾ ਹੋ ਗਿਆ। ਬਾਕੀ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਇਹਨਾਂ ਨੂੰ, ਦਿੱਕਤਾਂ ਕੀ ਨੇ ਉਹ ਆਪਾਂ ਇਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਹਾਂ। ਬਾਕੀ ਮੈਂ ਤੁਹਾਨੂੰ ਹਾਲ ਵਿਖਾਉਣਾ ਘਰਾਂ ਦੇ, ਦੇਖੋ ਆਹ ਜਿੰਦੇ ਲੱਗੇ ਨੇ। ਇਹ ਕੋਈ ਬਾਰਡਰ ਏਰੀਆ ਨਹੀਂ ਹੈ, ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਜ਼ਿਲ੍ਹਾ ਹੁਸ਼ਿਆਰਪੁਰ ਦਾ ਇਹ ਹਾਲ ਆ। ਆਹ ਜਿੰਦੇ ਲੱਗੇ ਵੇਖੋ, ਲੋਕ ਮੂਵ ਹੋ ਗਏ ਨੇ ਇੱਥੋਂ। ਗਵਾਹੀ ਭਰਦੇ ਇਹ ਮਕਾਨ, ਇਹ ਤਖ਼ਤ ਪੋਸ਼ਟ ਵੀ ਕਦੀ ਇੱਥੇ ਕੋਈ ਬੰਦਾ ਰਹਿੰਦਾ ਹੋਣਾ, ਅਤੇ ਹੁਣ ਸਾਰਾ ਕੁਝ ਉਜਾੜ ਪਿਆ, ਅੰਦਰਲੇ ਪਾਸੇ ਵੀ ਸਮਾਨ ਪਿਆ, ਟੈਲੀਫੋਨ, ਸਾਰੀਆਂ ਸਹੂਲਤਾਂ ਸੀ ਕਿਸੇ ਵੇਲੇ ਇੱਥੇ, ਪਰ ਹੁਣ ਉਹ ਸਾਰੀਆਂ ਸਹੂਲਤਾਂ ਖਤਮ ਹੋ ਗਈਆਂ, ਇੱਥੋਂ ਬੰਦੇ ਪ੍ਰਵਾਸ ਕਰ ਗਏ ਨੇ। ਬਾਕੀ ਜਿੰਨੇ ਕੁ ਇੱਥੇ ਬਚੇ ਨੇ ਉਹ ਪਤਾ ਨਹੀਂ ਕਦੋਂ ਪਲਾਨ ਕਰ ਜਾਣ, ਉਹਨਾਂ ਨਾਲ ਗੱਲਬਾਤ ਕਰਕੇ ਵੇਖਦੇ ਹਾਂ। ਉਹ ਵੀ 1970 ਦਾ ਬਣਿਆ ਪਿਆ, 1970 ਲਿਖਿਆ। ਉੱਪਰਲੇ ਘਰ ਕਿਹੜੇ ਨੇ ਆਪਾਂ ਸਾਰੇ ਵੇਖ ਆਈਏ, ਚੱਲੀਏ ਉੱਧਰ ਨੂੰ। ਚਲੋ ਕੋਈ ਨਾ, ਇੱਧਰ ਦੀ ਜਾਂਦਾ। ਅੱਛਾ, ਇੱਕ ਘਰ ਵੀ ਹੈ। ਓ ਬਸ ਇੱਧਰ ਦੀ ਰਾਹ ਨਿਕਲ ਸਕ, ਬਸ ਇਹ ਘਰ ਹੀ ਆ ਨਾ ਇੱਕ। ਸਤਿ ਸ਼੍ਰੀ ਅਕਾਲ ਜੀ। ਹੋਰ ਬਸ ਬਸ, ਚਾਹ ਅੰਕਲ ਕੋਲੋਂ ਪੀ ਕੇ ਆਏ ਅਸੀਂ, ਪਿਆਤੀ ਚਾਹ ਉਦੋਂ ਇਹਨਾਂ ਨੇ। ਅਸੀਂ ਆਏ ਸੀ ਵੇਖਣ ਇੱਧਰਲਾ ਏਰੀਆ, ਨਾਲੇ
काफी उजाड़ा पै गया नहीं फिर जो पहला रोजगार बॉर्डर एरिया ज्यादा है पर पंजाब दे विचकाले देख लो ये हाल होया है हाल है दिखी लो तुसी साडा हाल दिखी लो तुसी इत्थे पुजदा कौन है कौन पुजदा इत्थे जिल्ला वोट होनी है ना उस ले आउना साडे कोल नहीं ता सानू नहीं तुसी हुन झाड़ू वाला बंदा जताया ही है हुन जो हुन ता जताया ता झाड़ू वाला असि दिखी ले जो दिखी ले क्या करते ना हां क्या करते उम्मीद हैगी है जमीना भी है थोड़िया बहुत राशन सब कुछ कुछ भी ਫੇਰ ਰਾਸ਼ਨ ਪਾਣੀ ਕਿੱਥੋਂ ਲਿਆਉਂਦੇ ਹੋ ਤੁਸੀਂ ਸ਼ਹਿਰ ਹੋ ਲਿਆਣਾ ਫੇਰ ਮਹੀਨੇ ਚ ਇੱਕ ਅੱਧੀ ਵਾਰ ਜਾਂਦੇ ਹੋਣੇ ਹੋ ਤਾਂ ਜਾਣਾ ਕਾਹਦੇ ਚ ਬੱਸਾਂ ਆ ਨਹੀਂ ਬਸ 2 ਸਾਲ ਹੋ ਗਏ ਬੱਸਾਂ ਲੱਗੀ ਹੁਣ ਲੱਗੀ ਹੈ 5-7 ਦਿਨ ਹੋਏ ਨੇ ਬੱਸਾਂ ਨੂੰ ਅੱਛਾ ਪਹਿਲਾਂ ਲੱਗੀ ਹਟ ਗਈ ਹੈ ਕਦੀ ਆਂਦੀ ਹੈ ਕਦੀ ਚਲੀ ਜਾਂਦੀ ਹੈ ਕੀ ਕਰੀਏ ਇੱਥੇ ਕੋ ਹਸਪੀਟਲ ਇੱਥੇ ਨਹੀਂ ਕੋ ਡਾਕਟਰ ਇੱਥੇ ਨਹੀਂ ਕੀ ਕਰਨਾ ਹਸਪਤਾਲ ਇੱਥੇ ਲੱਗੇ ਫਿਰ ਸ਼ਹਿਰ ਹੀ ਹੈ ਹੁਸ਼ਿਆਰਪੁਰ ਘੰਟਾ ਲੱਗ ਜਾਂਦਾ ਇੱਥੋਂ ਜਾਣ ਨੂੰ ਬੰਦਾ ਭੋ ਖੱਡਾ ਚ ਪੂਰਾ ਹੋਈ ਆ ਜਾਂਦਾ ਜਾਂਦਾ ਗੱਡੀ ਫਸ ਗਈ ਤਾਂ ਗੱਡੀ ਫਸ ਗਈ ਤਾਂ ਉੱਥੇ ਰਹਿਣਾ ਫੇਰ ਜੇ ਆਏ ਨਾ ਉਹਨਾਂ ਦਾ ਬੁਰਾ ਹਾਲ ਹੋਇਆ ਰਾਤੀ ਫੇ ਤੁਹਾਡੇ ਪਰੌਣੇ ਵੀ ਨਹੀਂ ਆਉਂਦੇ ਹੁਣੇ ਪਰੌਣੇ ਕਿੱਥੇ ਆਉਣੇ ਹੀ ਨਾ ਬੱਚੇ ਤਰਲੇ ਨਾਲ ਆਉਂਦੇ ਨਹੀਂ ਇੱਥੇ ਨੂੰ ਅੱਛਾ ਬੋਲੋ ਤਾਂ ਉਹ ਪਰੌਣੇ ਸਾਡੇ ਜਾਂਦੇ ਗੱਡੀਆਂ ਫਸ ਜਾਂਦੀਆਂ ਅਸੀਂ ਕੀ ਕਰ ਕੀ ਜਾਈਏ ਪਰੌਣੇ ਨੇ ਵੀ ਇੱਥੇ ਕੀ ਕਰਨਾ ਜਦੋਂ ਵਿਆਹ ਸ਼ਾਦੀ ਉਦੋਂ ਜਦੋਂ ਤਾਂ ਔਖੇ ਸੌਖੇ ਪੁੱਜਦੇ ਨਾ ਆਈਏ ਉਹਨਾਂ ਨੂੰ ਪੁੱਜਣਾ ਹੀ ਪੈਂਦਾ ਆ ਕੀ ਕਰਨਾ ਪਤਾ ਔਖੇ ਹੋ ਕਦੇ ਪੈਰਲਸ ਕਰਦੇ ਨਹੀਂ ਅਸੀਂ ਵਿਆਹ ਤਾਂ ਹੁਣ ਪੈਰਲਸ ਕਰਦੇ ਇੱਥੇ ਵੀ ਕੀ ਕਰਨਾ ਕਈ ਕਹਿੰਦੇ ਹੋਣੇ ਵੀ ਨਹੀਂ ਇੱਥੇ ਮੁੰਡਾ ਇੱਥੇ ਰਹਿੰਦਾ ਤਾਂ ਅਸੀਂ ਨਹੀਂ ਇੱਥੇ ਕੁੜੀ ਦੇਣੀ ਇਦਾਂ ਦਾ ਵੀ ਹੁੰਦਾ ਹੋਣਾ ਹੁੰਦਾ ਹੀ ਹੈ ਤਾਂ ਇਸ ਪਿੰਡਾਂ ਦੀ ਕੀ ਕੌਣ ਦਿੰਦਾ ਚੱਜ ਰਸਤਾ ਹੀ ਨਹੀਂ ਲੋਕੀ ਥੱਲੋ ਹੀ ਮੁੜ ਜਾਂਦੇ ਕੱਟੀ ਦੇਖ ਕੇ ਉੱਪਰ ਚੜ੍ਹਨੇ ਗਾਨੂੰ ਸਹੀ ਹੈ ਇਹ ਸਾਡਾ ਮਹੱਲਾ ਕਿੰਨਾ ਭਰਿਆ ਸਾ ਮੈਨੂੰ ਮੈਂ 4-5 ਸਾਲ ਪਹਿਲਾਂ ਵੇਖਿਆ ਜੀ ਬੜਾ ਭਰਿਆ ਸੀ ਇਹ ਹਾਂ ਭਰਿਆ ਸਾ ਨਾ ਹੁਣ ਖਾਲੀ ਹੋਈ ਕਿ ਦੇਖ ਲਓ ਤੁਸੀਂ ਆਪ ਤੁਹਾਨੂੰ ਸੁਝਾ ਦਈਏ ਆਪਣੇ ਆਪ ਹੀ ਦਿਖਾ ਦੇ ਤੁਸੀਂ ਕੀ ਕਰਨਾ ਤੁਸੀਂ ਆਏ ਕਿੱਥੋਂ ਅਸੀਂ ਜਲੰਧਰ ਤੋਂ ਜੀ ਅੱਛਾ ਬਸ ਬਸ ਅੰਕਲ ਕੋਲ ਅਸੀਂ ਹੋ ਗਿਆ ਅੱਧਾ ਪੌਣਾ ਘੰਟਾ ਇੱਧਰ ਬੈਠੇ ਆਏ ਸੀ ਇਹਨਾਂ ਕੋਲ ਪਹਿਲਾਂ ਵੀ ਆਉਂਦੇ ਰਹੀਦਾ ਅਸੀਂ ਅੱਛਾ ਹਾਂ ਤੇ ਮੈਂ ਕਿਹਾ ਚਲੋ ਅੱਜ ਵੀ ਜਾ ਗਏ ਹਾਂਜੀ ਸਭ ਤਾਂ ਹੀ ਤਾਂ ਨਿਕਲਣਾ ਤੇ ਨਿੱਥੇ ਕੀ ਕਰਨਾ ਸਹੂਲਤ ਨਹੀਂ ਰਹੀ ਤਾਂ ਫਿਰ ਕੀ ਕਰਨਾ ਬੱਚਿਆਂ ਨੇ ਸ਼ਹਿਰ ਪਾ ਲਿਆ ਇਹਨਾਂ ਨੇ ਇੱਕ ਨੇ ਸੈਂਚਾਂ ਚ ਪਾ ਲਿਆ ਦੂਜੇ ਨੇ ਗਗਰੇਟ ਪਾ ਲਿਆ जवाक तुर के जाते जुतियां फड़ के जाते बरसात रूढ़िया उपरों पानी हो पानी वाहवा भर जाता खड्ड च वैसे भी जानवर भी हैगा काफी जानवर तो बड़ा ही है हम पास आ जांदी ते कट्टे थल्ले तो बस भी नहीं आंदी क्या कर चलो उधर ले कर देखिए चलो ठीक है जी औखा ही अंकल फिर इथे काफी नो 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 मसे भाई ये घर ने है बस ये खाली हो गए हुन मैं खाली मतलब नहीं है नहीं बंदा तो टावा टावा ही दिखदा सिद्धू जा अच्छा इधर बस खत्म आज खत्म ਇਹ ਵੀ ਆ ਜਿੰਦੇ ਵੱਜੇ ਪਏ ਆ ਕਦੀ ਖੋਲਿਆ ਨਹੀਂ ਲੱਗਦਾ ਇਹਨਾਂ ਨੂੰ
बाहरों वेखदे आ पंजाब बड़ा वधिया है, पंजाब सच्ची बहुत वधिया, पर यह जिहड़ा इलाका है यह कोई बॉर्डर एरिया का इलाका नहीं है कि फाजिलका का हो पाकिस्तान के नाल लगता बॉर्डर हो। यह हुशियारपुर का इलाका है जिहड़ा हुशियारपुर नंबर वन है पढ़ाई दे विच, कहा जाता कि हुशियारपुर नंबर एक है, अंकड़े दसदे आ। पर हुशियारपुर का यह इलाका छड्डण नूं हर कोई बेताब आ, घर खाली हो गए ने, तुसीं वेख्या ही आ पिछे। होर अगले पासे घर हैगा अंकल? हां इक घर है। आ की चीज आ जिहड़ा? ये तो कोड़ा पशु पशु। अच्छा डंगरां वास्ते बनया है। हां जी ਕਿਸੇ ਵੇਲੇ ਇੱਥੇ ਵੀ ਆ ਫਸਲ ਹੁੰਦੀ ਹੋਏਗੀ? ਫਸਲਾਂ ਹੁੰਦੀ ਨਹੀਂ ਹੈ ਸਾਰੇ, ਹੁਣ ਸਾਰਾ ਬੰਜਰ ਪਿਆ ਹੈ। ਫਸਲਾਂ ਬੀਜਣੀਆਂ ਛੱਡੀਆਂ ਕਿਉਂ ਉਹਨੇ? ਉਜਾੜੇ ਜੀ ਮਾਲ, ਉਜਾੜੇ ਬਹੁਤ ਹੋ ਗਏ, ਮਤਲਬ ਜਾਨਵਰ ਖਾ ਜਾਂਦੇ ਆ ਨਾ। ਹਾਂਜੀ ਜਾਨਵਰ ਕਿਹੜੇ ਕਿਹੜੇ ਹੋ ਗਏ ਹੁਣ? ਜਾਨਵਰ ਸੂਰ ਹੋ ਗਏ, ਬੈਣੇ ਹੋ ਗਈਆਂ, ਸਾਂਬੜ ਹੋ ਗਏ। ਅੱਛਾ ਬਾਕੀ ਹੋਰ ਰਾਤੀ ਨੂੰ ਅੱਗੇ ਸੇਬ ਵੀ ਜਾਂਦੇ ਹੁੰਦੇ, ਮਤਲਬ ਰਾਖੀ ਰੁਖੀ ਕਰਨ ਨੂੰ। ਹਾਂ 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 ਤੇਂਦੂਏ ਬਹੁਤ ਹੋਈ ਗਏ। ਅਤੇ ਫਿਰ ਉਹਨਾਂ ਨੇ ਫਸਲਾਂ ਤਬਾਹ ਕਰਤੀਆਂ, ਫਿਰ ਤੁਸੀਂ ਹੁਣ ਬੀਜਣੀਆਂ ਛੱਡ ਤੀਆਂ ਨਾ? ਉਹ ਇੱਦਾਂ ਨਾ, ਮਤਲਬ ਹੁਣ ਬੀਜੀਏ ਤਾਂ, ਮਤਲਬ ਜੇ ਕੁਛ ਮਿਲਿਆ ਤਾਂ। ਓਕੇ ਜੇ ਬੀਜਦੇ ਹਾਂ ਰਾਤੀ ਨੂੰ ਸਹੀ ਨਹੀਂ ਹੁੰਦਾ। ਹਾਂ ਕਿੱਦਾਂ ਤੇਂਦੂਏ ਮਤਲਬ ਬਹੁਤ ਹੋਈ ਗਏ। ਅੱਛਾ ਜੇ ਕੋਈ ਕੁੱਤਾ ਵੀ ਬੰਨਦੇ ਆ ਤਾਂ ਕੁੱਤਾ ਪਹਿਲਾਂ ਚੁੱਕ ਦੇ ਤੇਂਦੂਆ। ਅੱਛਾ ਕੁੱਤੇ ਨੂੰ ਤੇਂਦੂਆ ਖਾ ਜਾਂਦਾ ਇੱਥੇ? ਹਾਂ ਚੁੱਕ ਲੈਂਦਾ ਕੁੱਤਾ, ਉਹ ਲੈ ਜਾਂਦਾ। ਅਤੇ ਤੁਸੀਂ ਫਿਰ ਜੰਗਲਾਤ ਵਿਭਾਗ ਜਿਹੜਾ ਉਹਨਾਂ ਨੂੰ ਕਿਹਾ ਨਹੀਂ ਵੀ ਇਹ ਜਾਨਵਰਾਂ ਦਾ ਕੋਈ ਹੱਲ ਕਰੋ ਜਾਂ ਕੁਛ ਐਵੇਂ ਦਾ? ਕੇ ਮਤਲਬ ਬੋਲੇ ਬੋਲੀ ਬੋਲਣਾ ਵੀ ਕਿਹਾ ਜੀ ਸਰਕਾਰ, ਹੁਣ ਮਤਲਬ ਕੋਈ ਇਹਨਾਂ ਵੱਲ ਧਿਆਨ ਨਹੀਂ ਦਿੰਦੇ, ਕਿਉਂਕਿ ਇਸ ਢਾਡਾ ਵਾਲਾ ਜਿਹੜਾ ਇਲਾਕਾ ਇਹਦੇ 'ਚ ਤਾਂ ਫਿਰ ਜਾਨਵਰ ਜਿਹੜੇ ਆ ਬੰਦੇ 'ਤੇ ਹਾਵੀ ਹੋ ਗਏ ਨੇ। ਹਾਂ ਹਾਂ ਕਿਉਂਕਿ ਤੁਸੀਂ ਆਪਦੀ ਜਵਾਨੀ 'ਚ ਪੂਰੀ ਖੇਤੀ ਕਰਦੇ ਰਹੇ ਹੋ ਇੱਥੇ? ਕਰਦੇ ਰਹੇ, ਖੇਤੀ ਕਰਦੇ ਰਹੇ ਸਾਰਾ, ਇੱਥੇ ਦਾਣਾ ਅਸੀਂ ਵੇਚਦੇ ਵੀ ਸੀ। ਅੱਛਾ ਉਦੋਂ ਜਾਨਵਰ ਇੰਨਾ ਨਹੀਂ ਸੀਗਾ? ਇਹ ਕਿੰਨੇ ਕੁ ਸਾਲਾਂ 'ਚ ਜਾਨਵਰ ਵਧਿਆ ਇੱਥੇ ਜ਼ਿਆਦਾ? ਸਮਝੋ ਮਤਲਬ ਕੋਈ ਆਹ ਜਿਹੜੀਆਂ ਹੱਡੀਆਂ ਪਈਆਂ ਇਹ ਤਾਂ ਪਸ਼ੂਆਂ ਦੀਆਂ? ਅੱਛਾ ਇਹ ਪਸ਼ੂਆਂ ਦੀਆਂ, ਉੱਦਾਂ ਪਸ਼ੂ ਮਾਰ ਲੈਂਦੇ ਆ ਤੇਂਦੂਏ। ਅੱਛਾ ਪਸ਼ੂਆਂ ਨੂੰ ਮਾਰ ਦਿੰਦੇ ਜਦੋਂ? ਇਹ 5 ਤੋਂ 10 ਸਾਲਾਂ ਦੇ ਵਿੱਚ ਜ਼ਿਆਦਾ ਜਾਨਵਰ ਵਧਿਆ ਜੀ? 10 ਸਾਲ ਹੋਏ ਗਏ ਸਮਝੋ। ਅਤੇ ਫਿਰ ਤੁਸੀਂ ਉਦੋਂ ਦੀ ਖੇਤੀ ਛੱਡਤੀ ਹੈ? ਛੱਡ ਨਹੀਂ ਤਾਂ ਉਦੋਂ ਪਹਿਲਾਂ ਮੰਡੀਆਂ 'ਚ ਵੀ ਲੈ ਕੇ ਜਾਂਦੇ ਰਹੇ ਹੋ? ਨਹੀਂ ਮੰਡੀਆਂ ਤਾਂ ਨਹੀਂ, ਪਰ ਮਤਲਬ ਪਿੰਡਾਂ ਪੁੰਡਾਂ 'ਚ ਵਿਕ ਜਾਂਦੀ ਸੀ। ਅੱਛਾ ਇੱਥੇ ਲੋਕਲ ਵਿਕ ਜਾਂਦੀ ਸੀ? ਲੋਕਲ ਹੀ ਮਤਲਬ ਲੈ ਜਾਂਦੀ, ਜਿਹਨਾਂ ਕੋਲ ਨਹੀਂ ਹੋਣੇ ਕੋਈ ਘੱਟ ਹੋਣੇ ਉਹਨਾਂ ਲੈ ਜਾਣੇ ਇੱਕ ਦੂਏ 'ਤੇ। ਇਹ ਵਾਲਾ ਰਾਹ ਕਿਸੇ ਦੇ ਘਰ ਨੂੰ ਜਾ ਰਿਹਾ? ਹਾਂ ਘਰ, ਮਤਲਬ ਹੋਰ ਕੋਈ ਰਸਤਾ ਨਹੀਂ, ਇਹੀ ਰਸਤਾ ਪੂਰਾ? ਇਹੀ ਹੋਰ ਵੀ ਹਨ ਮਤਲਬ ਉਹ ਰਸਤੇ। ਅੱਛਾ ਆਪਾਂ ਮਤਲਬ ਪੈਦਲ ਹੈ ਨਾ, ਪੈਦਲ ਵਾਲੇ ਇੱਦਾਂ ਹੀ ਪੈਦਲ ਵਾਲਾ ਇੱਧਰ ਦੀ ਚੱਲ ਜਾਂਦਾ। ਹਾਂਜੀ ਅਤੇ ਫਿਰ ਤੁਹਾਡੇ ਘਰਾਂ ਦੇ ਵਿੱਚ ਵੀ ਜਾਨਵਰ ਆ ਜਾਂਦਾ ਹੋਵੇਗਾ? ਹਾਂ ਆ ਜਾਂਦੇ ਘਰਾਂ 'ਚ ਜੀ। ਸਾਡੇ 5 ਕੁੱਤੇ ਲੈ ਗਿਆ, ਚੁੱਕ ਗਿਆ। ਕਿਹੜਾ ਜਾਨਵਰ ਚੱਕ ਕੇ ਲੈ ਗਿਆ ਤੁਹਾਡੇ 5? ਤੇਂਦੂਆ ਜੀ। ਤੇਂਦੂਆ? ਹਾਂ ਅਤੇ ਫਿਰ ਤੁਸੀਂ ਤਾਂ ਇਹਨਾਂ ਜਾਨਵਰਾਂ ਨੂੰ ਮਾਰ ਵੀ ਨਹੀਂ ਸਕਦੇ ਹੈ ਨਾ? ਮਾਰ ਹੀ ਨਹੀਂ ਸਕਦੇ, ਕਿਉਂਕਿ ਇਹ ਲੀਗਲੀ ਤੌਰ 'ਤੇ ਇਹਨੂੰ ਬੈਨ ਕੀਤਾ ਪਿਆ ਸ਼ਿਕਾਰ, ਇਹ ਸ਼ਿਕਾਰ ਦੇ ਵਿੱਚ ਆ ਜਾਂਦਾ ਨਾ ਜੇ ਤੁਸੀਂ ਮਾਰੋਗੇ। ਬੰਦ ਹੈ ਮਤਲਬ ਨਾ ਸਾਰਾ ਸ਼ਿਕਾਰ, ਸ਼ਿਕਾਰ ਉੱਦਾਂ ਹੀ ਬੰਦ ਹੈ ਸਾਰੀ। ਪਰ ਮੰਨ ਲਓ ਕੋਈ ਜਾਨਵਰ ਤੁਹਾਡੇ ਘਰ ਆ ਕੇ ਅਟੈਕ ਕਰਦਾ, ਜੇ ਉਹਨੂੰ ਮਾਰੋਗੇ ਫਿਰ ਵੀ ਉਸੇ ਤਰ੍ਹਾਂ ਹੀ ਤੁਹਾਨੂੰ ਇਹਨਾਂ ਨੇ ਲੈਣਾ, ਬੈਨ ਹੀ ਆ ਪੂਰਾ? ਹਾਂ ਬੈਨ ਹੀ ਆ। ਇਹ ਜਿਹੜੀਆਂ ਜਿੱਥੋਂ ਆਪਾਂ ਲੰਘ ਰਹੇ ਇਹ ਕਿਸੇ ਦੇ ਨਾਮ ਹੋਣੀਆਂ ਜ਼ਮੀਨਾਂ? ਵੈਸੇ ਜ਼ਮੀਨਾਂ ਨਾਮ ਨਹੀਂ ਹੈ, ਬਗਦੇ ਖੇਤ 'ਤੇ ਸਾਰੀ। ਅੱਛਾ ਇਹ ਜਿੱਥੋਂ ਆਪਾਂ ਲੰਘ ਕੇ ਸਾਰੇ ਕਿਤੇ ਸਾਰੇ ਬਗਦੇ ਖੇਤ, ਫਸਲਾਂ ਬਗਦੀਆਂ ਕਿਸੇ ਵੇਲੇ 'ਚ? ਹਾਂ ਕੀ ਫਸਲ ਕਿਹੜੀ ਕਿਹੜੀ ਹੁੰਦੀ ਸੀਗੀ ਉਦੋਂ ਇੱਥੇ? ਮੱਕੀ ਵੀ, ਕਣਕ ਵੀ। ਅੱਛਾ ਹੋਰ ਸਰਮਾ ਮਤਲਬ ਝੋਨੇ ਝਾਨੇ, ਝੋਨੇ ਨੂੰ ਛੱਡ ਕੇ ਬਾਕੀ ਸਾਰਾ ਕੁਝ ਹੁੰਦਾ ਹੀ ਸੀ ਇੱਥੇ। ਪਰ ਫਿਰ ਜਾਨਵਰਾਂ ਦੇ ਡਰੋਂ ਹੁਣ ਫਿਰ ਥੋੜ੍ਹੀ ਵੀ ਨਹੀਂ ਖੇਤੀ ਕਰਦੇ ਤੁਸੀਂ? ਥੋੜ੍ਹੀ ਬਹੁਤੀ ਦੇਖੋ ਫਿਰ ਇਹਦੇ ਵਿੱਚ ਵੀ ਖੇਤੀ ਸੀ ਥੋੜੀ ਬਹੁਤੀ, ਪਰ ਇਹ ਚੁਗ ਲਿਆ ਗਿਆ ਹਨਾ। ਮੈਨੂੰ ਲੱਗਦਾ ਕਣਕ ਦੇ ਬੂਟੇ ਲੱਗਦੇ ਨੇ ਉਸ, ਕਣਕ ਵੀ ਸੀ ਥੋੜੀ ਜਿਹੀ, ਥੋੜੀ ਜਿਹੀ ਜੌਂ ਹੀ ਬਾਹੀ। ਹਾਂ ਕਣਕ ਤੇ ਜੌਂ ਹੀ ਸੀ, ਪਰ ਇਹ ਜਾਨਵਰ ਖਾ ਗਏ ਸਾਰੀ ਸਰਮਾਂ, ਵੱਢੀ ਕਰਕੇ ਥੋੜੀ ਜਿਹੀ ਜਿਹੜੀ ਬਚੀ ਬੁਚੀ, ਮਤਲਬ ਜਿਹੜੀ ਫਸਲ ਲਾਉਣੀ ਉਹਨੂੰ ਵੀ ਇਸ ਤਰ੍ਹਾਂ ਵਾੜ ਕਰਕੇ ਬਚਾਉਣਾ ਪੈਂਦਾ। ਹਾਂਜੀ ਪਰ ਉਹਦੇ ਵਿੱਚ ਵੀ ਗਰੰਟੀ ਨਹੀਂ, ਜਾਨਵਰ ਖਾ ਹੀ ਜਾਂਦਾ। ਹਾਂਜੀ ਔਖਾ। ਅੱਛਾ ਆਹ ਵਾਲਾ ਘਰ ਸੀ ਜਿੱਥੇ ਆਪਾਂ ਆਉਣਾ ਹੈ ਨਾ? ਹਾਂਜੀ ਇਹ ਵੀ ਕਾਫੀ ਪੁਰਾਣਾ ਘਰ ਬਣਿਆ ਲੱਗਦਾ। ਹਾਂਜੀ
ਇਹਨਾਂ ਦੀਆਂ ਫਿਰ ਵੋਟਾਂ ਪਟਿਆਲ ਪਿੰਡ 'ਚ ਬਣੀਆਂ ਕਿ ਕੋਰਟ 'ਚ ਬਣੀਆਂ? ਕੋਰਟ 'ਚ। ਫਿਰ ਲੋਕ ਤਾਂ ਮੈਨੂੰ ਲੱਗਦਾ ਘਰਾਂ ਦੇ ਵਿੱਚ ਹੀ ਰਹਿੰਦੇ, ਕਿਤੇ ਜਾਂਦੇ ਨਹੀਂ ਹੁਣ ਇੱਥੇ ਤਾਂ। ਠੀਕ ਹੈ, ਕੀ ਹਾਲ ਨੇ ਜੀ? ਠੀਕ ਹੋ? ਨਹੀਂ ਬਈ, ਕੀ ਨਾਮ ਹੈ ਜੀ ਤੁਹਾਡਾ? ਬਿਸ਼ਨ ਸਿੰਘ। ਠੀਕ ਹੈ, ਤੁਸੀਂ ਫਿਰ ਦੋਨੋਂ ਮੀਆਂ ਬੀਬੀ ਰਹਿੰਦੇ ਹੋ ਜੀ? ਨਹੀਂ ਜੀ, ਮੁੰਡਾ ਵੀ ਹੈ। ਅੱਛਾ, ਮੁੰਡਾ ਹੈਗਾ। ਅੱਛਾ, ਮੁੰਡਾ ਕੰਮ ਕਰਦਾ ਕੋਈ ਫਿਰ? ਓਕੇ, ਇੱਥੇ ਰੁਜ਼ਗਾਰ ਦਾ ਤਾਂ ਫਿਰ ਹੈ ਨਹੀਂ ਕੋਈ ਰੁਜ਼ਗਾਰ? ਰੁਜ਼ਗਾਰ ਗਿਆ ਜੀ ਇੱਥੇ, ਹੁਣ ਰਾਸ਼ਨ ਕਾਰਡ ਬਣੇ ਸਾਡੇ ਸਰਪੰਚ ਨੇ ਬਣਾਏ ਨਹੀਂ। ਕਿਉਂ? ਕਿਆ ਪਤਾ ਹੁਣ। ਅੱਛਾ, ਨਹੀਂ ਬਣਾਏ, ਸਾਨੂੰ ਕੋਈ ਨਹੀਂ ਮਿਲਿਆ। ਬਾਕੀ ਜਿਹੜੇ ਬਣਾਤੇ, ਤਿੰਨ ਬੰਦੇ ਨੇ ਬਣਾਏ ਸਾਡੇ ਪਿੰਡ 'ਚ। ਅੱਛਾ, ਆਹ ਜਿਹੜਾ ਥਾਂ ਆਲੇ ਦੁਆਲੇ ਪਿਆ, ਇਹ ਤੁਹਾਡਾ ਹੀ ਹੈ ਸਰ? ਹਾਂਜੀ। ਇੱਥੇ ਬੀਜਿਆ ਕਿਉਂ ਨਹੀਂ? ਕੁਛ ਬੀਜ ਲੈਂਦੇ, ਕੁਛ ਹੋ ਜਾਂਦਾ? ਜਾਨਵਰ ਬਹੁਤ ਹੈ। ਅੱਛਾ, ਇੱਥੇ ਵੀ ਘਰੇ ਵੀ ਜਾਨਵਰ ਆ ਜਾਂਦੇ? ਸਾਂਭਰ ਘੁੰਮਦੇ ਸਾਰੇ। ਉਹ ਅੰਕਲ ਦੱਸ ਰਹੇ ਸੀ, ਕਹਿੰਦੇ ਪਹਿਲਾਂ ਇੰਨਾ ਜਾਨਵਰ ਨਹੀਂ ਸੀ ਹੁੰਦਾ। ਇਹ ਵਧਿਆ ਕਿੱਦਾਂ ਜਾਨਵਰ ਇੰਨਾ? ਅੱਗਾਂ ਲੱਗਣ ਨਾਲ ਦੂਜੇ ਜੰਗਲਾਂ 'ਚੋਂ ਇੱਧਰ ਆ ਜਾਣਾ ਜਿੱਥੇ ਅੱਗ ਨਾ ਹੋ। ਅੱਛਾ, ਦੂਜਾ ਫਿਰ ਸਰਕਾਰ ਨੇ ਬੰਦ ਕਰਤੇ ਸ਼ਿਕਾਰ ਕਰਨੇ। ਅੱਛਾ, ਵੀ ਸ਼ਿਕਾਰ ਨਹੀਂ ਤਾਂ ਸ਼ਿਕਾਰ ਨਾਲ ਕੰਟਰੋਲ 'ਚ ਸੀਗਾ? ਬਹੁਤ ਜ਼ਿਆਦਾ ਗੋਲੀ ਚੱਲਦੀ ਸੀ, ਜਾਨਵਰ ਨੜ ਜਾਂਦੇ, ਘਰਾਂ 'ਤੇ ਬਹੁਤ ਦੂਰ ਰਹਿੰਦੇ। ਅੱਛਾ, ਹੁਣ ਤਾਂ ਜਾਨਵਰ ਦਿਨ ਕੁ ਰੋਜ਼ਾ ਵੀ ਦੇਖਿਓ, ਸਾਂਭਰਾਂ ਡਾਂ ਰੜਾਉਂਦੇ, ਪੂਰੀ ਡਰ ਆਉਂਦੀ ਹੈ ਬਹੁਤ। ਅੱਛਾ, ਬਹੁਤ ਜ਼ਿਆਦਾ। ਤੁਸੀਂ ਇੱਥੇ ਕਿਹੜੇ ਕਿਹੜੇ ਜਾਨਵਰ ਵੇਖੇ ਨੇ ਜਦੋਂ ਘਰੇ ਘਰੇ ਜਿਹੜੇ ਇੱਥੋਂ ਤੱਕ ਐਂਟਰੀ ਮਾਰ ਗਏ ਜਾਨਵਰ? ਸਾਂਭਰ। ਅੱਛਾ, ਬਹੁਤ ਜ਼ਿਆਦਾ ਇੱਥੇ ਸਾਂਭਰ ਨੁਕਸਾਨ ਕਰਦਾ। ਇਹ ਹੁਣ ਏਡੀ ਉੱਚੀ ਬਾੜ ਹੈ, ਬੰਦੇ ਜਿਹੜੇ ਨਾਲ ਜ਼ਿਆਦਾ ਉੱਚੀ, ਇਹਨੂੰ 10-10 ਫੁੱਟ ਦੀ ਛਾਲ ਮਾਰ ਜਾਂਦਾ। ਇਹ ਆਖਰ ਹੁਣ ਮੈਂ ਕੱਸੀ ਦਾ ਤਾਂ ਰੁਕਿਆ ਇੱਥੇ, ਤਾਂ ਸਰਵਾਂ ਕੋਈ 10-12 ਭਰੀਆਂ ਹੋਈਆਂ। ਅੱਛਾ, ਇਹ ਤਾਂ ਚੁੱਕ ਜਾਂਦਾ ਸਭ। ਤੁਹਾਡੀ ਕਿੰਨੀ ਜ਼ਮੀਨ ਆ ਵੈਸੇ ਇੱਥੇ? ਇੱਥੇ ਸਾਡੀ ਹੈਗੀ ਜੀ 46-47 ਗਰਾਲ ਹੈ ਜੀ। ਅੱਛਾ, ਤਿੰਨ ਭਰਾ ਸੀ, ਇੱਕ ਫਰੀਦਾਬਾਦ ਰਹਿੰਦਾ। ਅੱਛਾ, ਇੱਕ ਦੌਲਤਪੁਰ ਰਹਿੰਦਾ ਹਿਮਾਚਲ 'ਚ, ਤਿੰਨਾਂ ਦੀ ਉਹਨਾਂ ਦੀ ਜ਼ਮੀਨ ਇੱਥੇ ਹੀ ਹੈ ਸਾਰੀ। ਸਹੀ ਆ, ਮਤਲਬ 5 ਤੋਂ 6 ਕਿੱਲੇ ਹੈਗੇ ਨੇ ਏਕੜ। ਹਾਂਜੀ ਹਾਂਜੀ, ਪਰ ਉਹ ਸਾਰੀ ਬੰਜਰ ਪਈ ਆ, ਵਰਤਦੇ ਹੀ ਨਹੀਂ। ਪਹਿਲਾਂ ਬੀਜਦੇ ਸੀ ਸਾਰਾ ਕੁਝ? ਹਾਂਜੀ ਹਾਂਜੀ, ਪਹਿਲਾਂ ਬਹੁਤ ਮਤਲਬ ਨਹੀਂ ਮੁੱਲ ਲੈਣ। ਅੱਛਾ, ਹੁਣ ਮੁੱਲ ਖਰੀਦਣਾ ਪੈਂਦਾ ਸਾਰਾ ਕੁਝ? ਕਣਕ ਵੀ? ਮਤਲਬ ਖਾਣ ਯੋਗੀ ਵੀ ਨਹੀਂ ਹੁੰਦੀ? ਨਹੀਂ ਹੁੰਦੀ। ਅੱਛਾ, ਮੱਕੀ ਹੋਈ ਸੀ ਕੋਈ 60-70 ਕਿਲੋ। ਅੱਛਾ, ਉਹ ਵੀ ਰਾਤ ਦਿਨ ਜਾਗਦੇ ਰਹਿਣ, ਰਾਖੀ ਜਾਰੀ ਕਰਨੀ ਪੈਂਦੀ ਹੈ। ਹੁਣ ਤੁਹਾਡੇ ਕੋਲ ਉਹ ਗਾਂ ਖੜੀਆਂ ਨਾ, ਉਹ ਡੰਗਰ ਹੈ, ਦੁੱਧ ਦਾ ਦੁੱਧ ਪਾਣੀ ਦਾ ਇੱਧਰੋਂ ਚੱਲੀ ਜਾਂਦਾ ਹੁਣ। ਓਕੇ, ਕੀ ਸਰਕਾਰ ਤੋਂ ਕੀ ਚਾਹੁੰਦੇ ਹੋ, ਕੀ ਹੁਣ ਚਾਹੀਦਾ ਹੱਲ ਫਿਰ ਇਹਦਾ ਸਰਕਾਰ ਤੋਂ ਜੀ? ਸਰਕਾਰ ਤੋਂ ਪਹਿਲਾਂ ਤਾਂ ਹੱਲ ਹੋ, ਸਾਡਾ ਕਾਰਡ ਕਿਉਂ ਨਹੀਂ ਬਣਿਆ, ਸਰਪੰਚ ਨੇ ਕਿਉਂ ਨਹੀਂ ਬਣਾਇਆ ਜੀ? ਅੱਛਾ, ਵੀ ਰਾਸ਼ਨ ਜਿਹੜਾ ਫ੍ਰੀ ਮਿਲਣ ਸਰਪੰਚ, ਕਾਂਗਰਸ ਪਾਰਟੀ ਦਾ ਤਾਂ ਸਾਨੂੰ ਨਹੀਂ ਬਣਾਉਣਾ ਹੀ ਨਹੀਂ। ਉਹ ਕਾਂਗਰਸ ਹੀ ਸੀਗਾ ਸਰਪੰਚ? ਕਾਂਗਰਸ ਹੀ, ਆਦੀ ਦਾ ਬੰਦਾ ਤਾਂ। ਅੱਛਾ, ਉਹਨੇ ਆਪਣੇ ਮਤਲਬ ਵਾਲੇ ਬੰਦਿਆਂ ਦੇ ਬਣਵਾਏ ਕਾਰਡ। ਓਕੇ, ਸਾਡਾ ਕਿਉਂ ਨਹੀਂ ਬਣਿਆ, ਜਾਂ ਸਾਨੂੰ ਦੱਸੇ ਵੀ ਸਾਡੀ ਕੀ ਕਮੀ ਹੈ? ਓਕੇ, ਦੱਸਣੀ ਚਾਹੀਦੀ। ਉਹ ਮਹੀਨੇ ਦਾ ਰਾਸ਼ਨ ਕਿੰਨਾ ਮਿਲਦਾ ਫਿਰ? ਉਹ ਮਿਲਦਾ ਜੀ 30 ਕਿਲੋ ਮਿਲਦਾ ਇੱਕ ਬੰਦੇ ਨੂੰ। ਅੱਛਾ, ਉਹ ਸਾਨੂੰ ਤਾਂ ਮਿਲਦਾ ਹੀ ਨਹੀਂ। ਓਕੇ, ਬਾਕੀ ਦਿੰਦੇ ਨਹੀਂ ਬਣਾਏ, ਹੁਣ ਬਣਾਇਆ ਨਾ, ਸਾਡਾ ਨਹੀਂ ਬਣਾਇਆ, ਜਾਂ ਇਹ ਰੀਜ਼ਨ ਦੱਸੇ, ਕਾਰਨ ਦੱਸੇ ਉਹਦਾ ਕਿਉਂ ਨਹੀਂ ਬਣਾਇਆ ਨਹੀਂ। ਸਹੀ ਹੈ, ਇਹਦੇ ਕੋਲ ਸਰਕਾਰ ਪੁੱਛੇ ਇਹਦੇ ਕੋਲ। ਵੈਸੇ ਮੈਨੂੰ ਤਾਂ ਲੱਗਦਾ ਵੀ ਇਹ ਤਰਸ ਦੇ ਆਧਾਰ 'ਤੇ ਹੀ ਹੱਕ ਬਣਦਾ ਬੰਦੇ ਸਾਰਿਆਂ ਦਾ, ਵੀ ਜਿੰਨੇ ਇੱਥੇ ਹੈਗੇ ਨੇ, ਕਿਉਂਕਿ ਰੁਜ਼ਗਾਰ ਦਾ ਤਾਂ ਕੋਈ ਸਾਧਨ ਰਿਹਾ ਨਹੀਂ ਹੈ। ਮੁੱਖ ਮੰਤਰੀ ਨੇ 3-4 ਦਿਨ ਹੋਏ ਉਹਨੇ TV ਦੱਸਿਆ, ਹਰੇਕ ਨੂੰ ਰਾਸ਼ਨ ਮਿਲੇਗਾ ਘਰ, ਉਹ ਵੀ ਘਰੇ ਪਹੁੰਚਾਇਆ ਜਾਊਗਾ ਕਹਿੰਦੇ। ਹਾਂਜੀ ਹਾਂ, ਲੇਕਿਨ ਇਹ ਤਾਂ ਸਾਡੇ ਕੋਲ ਖੋਲਦਾ, ਇਹਦੇ ਕੋਲ ਕਿੰਨਾ ਪੈਸਾ ਲਿਆ ਕਿੱਥੇ? ਸਰਕਾਰੀ ਜੀ ਇਨਕੁਆਇਰੀ ਕਰੇ। ਅਸੀਂ ਤਾਂ ਇਹ ਬੋਲਦੇ, ਸਾਨੂੰ ਮੁੱਖ ਮੰਤਰੀ ਦੇ MLA ਸਾਹਿਬ ਸਾਡੇ ਇੱਥੇ ਆਉਣ, ਇਹਦੀ ਇਨਕੁਆਇਰੀ ਹੋਵੇ, ਕਿੱਥੇ ਪੈਸਾ ਹੀ ਨਹੀਂ ਲਿਆ। ਵੈਸੇ ਤੁਹਾਡੇ ਤਾਂ ਹੁਣ ਇੱਥੇ ਝਾੜੂ ਵਾਲਿਆਂ ਦਾ ਬੰਦਾ ਜਿੱਤਿਆ, ਡਾਕਟਰ ਰਵਜੋਤ ਹੈ ਨਾ? ਹਾਂਜੀ ਹਾਂਜੀ, ਡਾਕਟਰ। ਸਾਡਾ ਰਾਸ਼ਨ ਕਾਰਡ ਨਹੀਂ ਬਣਿਆ ਜੀ, ਦੁਨੀਆਂ ਦੇ ਬਣੇ, ਸਾਡੇ ਪਿੰਡ ਬਣੇ, ਸਾਰੇ ਦੇ ਬਣ ਗਏ, 3 ਬੰਦਿਆਂ ਦੇ ਨਹੀਂ ਬਣੇ, ਕਿਉਂ ਨਹੀਂ ਬਣਾਏ ਨੀ? ਬਸ ਤੁਹਾਡੇ ਘਰ ਦਾ ਨਹੀਂ ਬਣਿਆ ਕਿਸੇ ਦਾ? ਨਹੀਂ ਬਣਿਆ ਜੀ, ਇੱਕ ਪੰਡਿਤ ਲੇਖਰਾਜ। ਅੱਛਾ, ਇੱਕ ਇੱਧਰ ਬਜਿੱਤਰ ਸਿੰਘ। ਅੱਛਾ, ਤਿੰਨਾਂ ਦੇ ਨਹੀਂ ਬਣੇ, ਬਾਕੀ ਸਾਰੇ ਘਰਾਂ ਦੇ ਬਣ ਗਏ, ਸਾਰਿਆਂ ਦੇ ਬਣੇ, ਰਾਸ਼ਨ ਮਿਲ ਗਿਆ। ਤਾਂ ਤੁਸੀਂ ਪੁੱਛਿਆ ਨਹੀਂ ਜਾ ਕੇ ਵੀ ਕਿਉਂ ਨਹੀਂ ਬਣਾਇਆ? ਅਸੀਂ ਨਹੀਂ ਪੁੱਛਣਾ, ਅਸੀਂ ਨਹੀਂ ਪੁੱਛਣਾ, ਤੁਹਾਡਾ ਹੱਕ ਬਣਦਾ ਪੁੱਛੋ ਜਾ ਕੇ ਜਨਾਬ, ਸਾਨੂੰ ਨਹੀਂ ਬਣਾਉਣੇ ਨਹੀਂ। ਹਾਂ, ਪੁੱਛ ਕੇ ਵੀ ਨਹੀਂ ਫਾਇਦਾ। ਅੱਛਾ, ਮੈਂ ਕੱਲ੍ਹ ਡਾਕਟਰ ਦੇ ਬੰਦੇ ਨਾਲ ਗੱਲ ਕੀਤੀ, ਉਹ ਬੋਲਦੇ ਦੁਬਾਰਾ ਬਣਨੇ। ਅੱਛਾ, ਮੁੜ ਬਣਨਗੇ। ਓਕੇ, ਚਲੋ।
जे अधिकारी सुनदे आ कोई तो जरूर इन्हां बारे सोचा जावे है ना। ते हुशियारपुर दा कोट पटियाल एरिया है, कोट च पैंदा पिंड, वैसे कोट आ ना इह पटियाल नाल दा। आ छोटा घर कादे लई वरतदे आ, जिहड़ा रसोई है छोटी, ठीक है, बाहर तुसीं चुल्हा बाल लैंदे आ गर्मियां नूं जी। अंकल मकान बहुत पुराने ने तुहाडे? इह साडे बजुर्गां दा मकान है जी। अच्छा, इह असीं बणाया। अच्छा, फिर हुण कमाई दा साधन की है तुहाडे कोल इत्थे? दिहाड़ी जी। होर दिहाड़ी ते कित्थे जांदे हो? जिद्दां हुण किते दरख्त दरुख्त बणाउंदे ने। अच्छा, उत्थे लगी हुंदा दिहाड़ी, मतलब जंगलात महकमा सद लैंदा तुहानू? नहीं नहीं, हां हुण मालक बढ़ांदे ने रुख सुक्के। अच्छा, ओहदे विच किते 10 दिहाड़ियां लग गईयां। हां हुण अज तां ला नहीं सकदे, मुंडा जांदा। अच्छा, हां जी। सारे खेत नूं वाड़ कर दे एक बार, फिर टाइम पास हो जांदा, काफी हो जांदा, नहीं तां गरीब जनता ने क्या करना इत्थे? सही है, भुखे मरने वाला काम है। हुण इह मुंडा लिया राशन परे हिमाचल तो लिया, चक्कर है ना, जिथे हुण सस्ता मिलना उत्थे जाना, क्योंकि सानू पंजाब दे विच सानू राशन मिल नहीं सकता, साडा सरपंच बोलदा नहीं बनना चाहिए। इह तां इहदे कोल पुछिया जाए क्यों नहीं बनना चाहिए, इहदे कोल पुछिया जाना चाहिए भी क्यों नहीं बनिया इहनां दा, तू क्यों नहीं बनिया, कोई धारा ला साडे कोल, गलती दसो की है। हाँ, साडी गलती की है, असीं कोई महकमा चूल्हा टैक्स नहीं दिंदे जां कोई चीज़ नहीं दिंदे सरकार दी, ਇਹ ਸਰਪੰਚ ਕੋਲੋਂ ਪੁੱਛਿਆ ਜਾਣਾ ਚਾਹੀਦਾ। ਇਹ ਘਰ ਦੇ ਵਿੱਚ ਹੁਣ ਕਿੰਨੇ ਜਾਣੇ ਰਹਿੰਦੇ ਨੇ? ਦੋ ਬੰਦੇ। ਦੋ ਬੰਦੇ ਮੀਆਂ ਬੀਬੀ ਰਹਿੰਦੇ ਨੇ ਅੰਕਲ ਆਂਟੀ? ਹਾਂਜੀ। ਆ ਤੁਹਾਡਾ ਘਰ ਆ ਗਿਆ ਨਾ, ਇਹ ਤੁਹਾਡੇ ਪਹਿਲਾਂ ਬਜ਼ੁਰਗਾਂ ਦਾ ਬਣਾਇਆ? ਸਭ ਬਜ਼ੁਰਗਾਂ ਦਾ ਬਣਾਇਆ। ਇਹ ਬਣਿਆ ਸੀਗਾ 1967 ਚ। ਹਾਂਜੀ। ਪਰ ਹੁਣ ਵਰਤਦੇ ਕਿਹੜਾ, ਆਹ ਵਾਲਾ ਵਰਤਦੇ ਕਿ ਨਵਾਂ? ਸਾਰੇ ਵਰਤਦੇ ਨਾ। ਅੱਛਾ, ਪਰ ਤੁਸੀਂ ਦੋਨੋਂ ਜਾਣਾ ਹੀ ਹੋ, ਦੋਨੋਂ ਜੀ ਹੋ ਨਾ ਹੁਣ ਇੱਥੇ, ਤੇ ਤੁਹਾਡੇ ਬੱਚੇ ਵੀ ਸ਼ਹਿਰ ਚਲੇ ਗਏ? ਹਾਂਜੀ। ਸੋ ਇਸ ਮੁੱਦੇ ਵੱਲ ਸਰਕਾਰ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ, ਬਹੁਤ ਜ਼ਿਆਦਾ ਜ਼ਰੂਰਤ ਹੈ। ਪ੍ਰਵਾਸ ਠੀਕ ਆ, ਮਜ਼ਬੂਰੀ ਨੂੰ ਜਿਹੜਾ ਪੰਜਾਬ ਤੋਂ ਹੋਇਆ ਬਾਹਰਲੇ ਦੇਸ਼ਾਂ ਨੂੰ, ਉਹ ਇੱਕ ਵੱਖਰੇ ਤਰ੍ਹਾਂ ਦਾ ਪ੍ਰਵਾਸ ਆ, ਪਰ ਜਿਹੜਾ ਇੱਥੋਂ ਵਾਲਾ ਪ੍ਰਵਾਸ ਆ ਇਹ ਰੋਕਿਆ ਜਾ ਸਕਦਾ ਹੈ, ਕਿ ਸਾਨੂੰ ਜੰਗਲ ਵੀ ਜ਼ਰੂਰੀ ਨੇ, ਜਾਨਵਰ ਵੀ ਜ਼ਰੂਰੀ ਹੈ, ਉਹਨਾਂ ਦੀ ਵੀ ਪੂਰੀ, ਕਿਉਂਕਿ ਹਰੇਕ ਚੀਜ਼ ਦਾ ਬਰਾਬਰ ਦਾ ਹਿੱਸਾ ਹੁੰਦਾ ਹੈ ਧਰਤੀ ਦੇ ਉੱਤੇ। ਪਰ ਮੇਨ ਗੱਲ ਇਹ ਹੈ ਵੀ ਬੰਦਿਆਂ ਦੇ ਉੱਤੇ ਜਾਨਵਰ ਹਾਵੀ ਹੋ ਰਹੇ ਆ ਇੱਥੇ, ਜਿਵੇਂ ਅੰਕਲ ਹੁਣੀ ਦੱਸ ਰਹੇ ਆ ਕਿ ਜਿੰਨੀ ਵੀ ਜ਼ਮੀਨ ਆ ਸਾਰੀ ਪਹਿਲਾਂ ਵਾਹੀ ਵਾਲੀ ਸੀਗੀ, ਪਰ ਹੌਲੀ ਹੌਲੀ ਜਾਨਵਰਾਂ ਨੇ ਬੰਦਿਆਂ ਦੇ ਉੱਤੇ ਧਾਵਾ ਬੋਲਣਾ ਸ਼ੁਰੂ ਕਰਤਾ, ਅਤੇ ਹੌਲੀ ਹੌਲੀ ਜਿੰਨੇ ਵੀ ਤੁਸੀਂ ਮਕਾਨ ਵੇਖ ਰਹੇ ਹੋ ਇਹ ਖੰਡਰਾਂ ਦਾ ਰੂਪ ਇਸੇ ਕਰਕੇ ਧਾਰ ਰਹੇ ਆ, ਕਿਉਂਕਿ ਇੱਥੋਂ ਬੰਦਿਆਂ ਦਾ ਪ੍ਰਵਾਸ ਹੋ ਰਿਹਾ ਡਰ ਦਾ ਕਰਕੇ ਜਾਂ ਰੁਜ਼ਗਾਰ ਦਾ ਕਰਕੇ, ਰੁਜ਼ਗਾਰ ਦੇ ਮੌਕੇ ਨਹੀਂ ਹੈਗੇ ਇੱਥੇ, ਟਾਵੇਂ ਟਾਵੇਂ ਬੰਦੇ ਬਚੇ ਆ ਸਿਰਫ ਘਰਾਂ ਦੇ ਵਿੱਚ, ਮਕਾਨਾਂ ਨੂੰ ਜ਼ਿੰਦੇ ਵੱਜ ਗਏ ਆ, ਅਤੇ ਇਹਨਾਂ ਦੀ ਮੁੜ ਬਹਾਲੀ ਹੋਣੀ ਚਾਹੀਦੀ ਆ। ਇਹਨਾਂ ਦਾ ਹੁਣ ਬਜ਼ੁਰਗਾਂ ਦਾ ਵਿਚਾਰਿਆਂ ਦਾ ਘਰ ਨੂੰ ਛੱਡਣ ਨੂੰ ਜੀ ਨਹੀਂ ਕਰਦਾ, ਬੱਚੇ ਜ਼ਰੂਰ ਇਹਨਾਂ ਦੇ ਇੱਥੋਂ ਮੂਵ ਹੋ ਗਏ ਨੇ, ਪਰ ਮਤਲਬ ਹਰੇਕ ਬੰਦੇ ਦਾ ਆਪਣਾ ਇਮੋਸ਼ਨ ਹੁੰਦਾ ਘਰਾਂ ਦੇ ਨਾਲ, ਅਤੇ ਓਬਵੀਅਸ ਆ ਵੀ ਇਹਨਾਂ ਦਾ ਵੀ ਇਮੋਸ਼ਨ ਹੈ ਕਿ ਅਸੀਂ ਇੱਥੋਂ ਨਹੀਂ ਜਾਣਾ, ਚਾਹੇ ਬੱਚੇ ਇਹਨਾਂ ਦੇ ਵੱਡੇ ਸ਼ਹਿਰਾਂ 'ਚ ਹੈ, ਵੱਡੇ ਅਹੁਦਿਆਂ 'ਤੇ ਵੀ ਨੇ, ਪਰ ਬਜ਼ੁਰਗ ਕਿੱਥੋਂ ਘਰ ਛੱਡਦੇ ਨੇ ਜਿੱਥੇ ਜੰਮੇ ਵਾਲੇ ਆ, ਜਿੱਥੇ ਪੂਰਾ ਉਹਨਾਂ ਨੇ ਆਪਦਾ ਸਮਾਂ ਵੇਖਿਆ। ਅਤੇ ਉਮੀਦ ਆ ਮਾਨ ਸਰਕਾਰ ਤੋਂ ਕਿ ਇਹ ਮਸਲਾ ਜ਼ਰੂਰ ਹੱਲ ਹੋਵੇ, ਕਿ ਰੁਜ਼ਗਾਰ ਦੇ ਮੌਕੇ ਵੀ ਮਿਲਣ ਇਹਨਾਂ ਨੂੰ, ਜਿਹੜੀਆਂ ਸਹੂਲਤਾਂ ਚਾਹੀਦੀਆਂ, ਸੜਕਾਂ ਦੀਆਂ ਸਹੂਲਤਾਂ, ਉਹ ਕਹਿੰਦੇ ਅਸੀਂ ਸਿਰਫ ਆਏ ਸੀ ਇੱਥੇ ਸੜਕਾਂ ਦੀਆਂ ਸਹੂਲਤਾਂ ਦਾ ਕਰਕੇ, ਪਰ ਆ ਕੇ ਹੋਰ ਜਿਹੜੀਆਂ ਵੱਖਰੀਆਂ ਪ੍ਰੋਬਲਮ ਉਹ ਪਤਾ ਲੱਗੀਆਂ, ਕਿ ਮੇਨ ਜ਼ਮੀਨ ਦਾ ਮਸਲਾ ਵੀ ਹੈ, ਇੰਨੇ ਇੰਨੇ ਏਕੜ ਵੈਸੀ ਬੰਜਰ ਪਈ ਹੈ, ਕਾਰਨ ਉਹੀ ਹੈ ਕਿ ਜਾਨਵਰ ਬਹੁਤ ਜ਼ਿਆਦਾ ਹੈ, ਅਤੇ ਉਹਦੀ ਵਾੜ ਹੋਣੀ ਜ਼ਰੂਰੀ ਹੈ, ਕਿਉਂਕਿ ਜ਼ਮੀਨਾਂ ਨਾ ਰਹੀਆਂ ਫਿਰ ਇਹਨਾਂ ਬੰਦਿਆਂ ਦਾ ਰੁਜ਼ਗਾਰ ਹੀ ਨਹੀਂ ਹੈ ਕੋਈ।